ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਬਹੁਤ ਸਾਰੇ ਬੱਚਿਆਂ ਦਾ ਡਾਊਟ ਸੀਗਾ ਉਹਨਾਂ ਦੇ ਮਨ ਚ, ਵਿਦ ਸਪਾਊਸ ਵੀਜ਼ਾ ਨਹੀਂ ਲੱਗਦਾ। ਅੱਜ ਲਾਈਵ ਐਗਜ਼ਾਮਪਲ ਮੇਰੇ ਕੋਲ ਹੈਗੀ ਹੈ, ਦੋਵਾਂ ਦਾ ਵੀਜ਼ਾ ਲੱਗਾ, ਇਕੱਠੇ ਵੀਜ਼ਾ ਲੱਗਾ ਆ। ਸੋ ਬਹੁਤ ਬਹੁਤ ਮੁਬਾਰਕਾਂ ਆਸ਼ਿਮਾ ਐਂਡ ਸੁਮਿਤ। ਸੋ ਮੈਡਮ, ਕੀ ਪ੍ਰੋਫਾਈਲ ਸੀ ਤੁਹਾਡੀ? ਪਹਿਲਾਂ ਤਾਂ ਜਦੋਂ ਅਸੀਂ ਇੱਥੇ ਆਏ ਸਾਨੂੰ ਬਹੁਤ ਡਾਊਟ ਸੀਗੇ ਸਾਡੇ ਮਨ ਦੇ ਵਿੱਚ ਕਿ ਇਕੱਠਿਆਂ ਦਾ ਵੀਜ਼ਾ ਤਾਂ ਨਹੀਂ ਆਉਂਦਾ, ਬਟ ਫਿਰ ਵੀ ਮਤਲਬ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪ੍ਰੋਪਰ ਸਾਰੀ ਫਾਈਲਿੰਗ ਸਾਰੀ ਇਸ ਤਰ੍ਹਾਂ ਨਾਲ ਕਰਾਂਗੇ ਕਿ ਤੁਹਾਡੇ ਸਾਰਿਆਂ ਦੋਨਾਂ ਦੇ ਵੀਜ਼ੇ ਇਕੱਠੇ ਆਣਗੇ। ਸੋ ਆਪਾਂ ਇਹਨਾਂ ਤੇ ਟਰਸਟ ਕਰਕੇ ਆਪਣਾ ਵੀਜ਼ਾ ਇਹਨਾਂ ਨੂੰ ਲਗਾਉਣ ਲਈ ਆਪਣੇ ਪਾਸਪੋਰਟਸ ਵਗੈਰਾ ਆਪਣੇ ਸਾਰੇ ਡਾਕੂਮੈਂਟਸ ਇਹਨਾਂ ਨੂੰ ਪ੍ਰੋਵਾਈਡ ਕਰਵਾਏ। ਤੋ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਸਾਰੇ ਸਾਡੇ ਕੋਲ ਡਿਟੇਲਿੰਗ ਵਗੈਰਾ ਲੈ ਕੇ ਪ੍ਰੋਪਰ ਵੇ ਨਾਲ ਸਾਰਾ ਪ੍ਰੋਸੀਜਰ ਕੀਤਾ, ਜਿਹਦੇ ਕਰਕੇ ਸਾਡਾ 10 ਤੋਂ 15 ਦਿਨਾਂ ਦੇ ਵਿੱਚ ਸਾਡਾ ਦੋਨਾਂ ਦਾ ਵੀਜ਼ਾ ਸੇਮ ਡੇ ਆਇਆ। ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਥੇ ਆ ਕੇ ਇਸ ਓਮ ਗਲੋਬਲ ਦੀ ਜਗ੍ਹਾ ਨੂੰ ਚੁਣਿਆ ਆਪਣੇ ਵੀਜ਼ੇ ਵਾਸਤੇ। ਠੀਕ ਹੈ, ਤੇ ਇਹਨਾਂ ਦਾ ਵੀਜ਼ਾ ਕਿਹੜਾ ਵੀਜ਼ਾ ਹੈ ਭਾਜੀ, ਆਪਣਾ ਇਹ ਵੀ ਕਲੀਅਰ ਕਰ ਦਿਓ, ਕਿਉਂਕਿ ਇਹ ਵੀ ਡਾਊਟ ਬੜੇ ਹੈਗੇ ਬੱਚਿਆਂ ਦੇ ਮਨ ਚ ਵੀ ਮੇਨ ਐਪਲੀਕੈਂਟ ਦਾ ਸਟੂਡੈਂਟ ਵੀਜ਼ਾ ਲੱਗਦਾ, ਸਪਾਊਸ ਦਾ ਵਿਜ਼ਟਰ ਵੀਜ਼ਾ ਲੱਗਦਾ। ਸੋ ਤੁਸੀਂ ਕਲੀਅਰ ਕਰੋ ਤੁਹਾਡਾ ਵੀਜ਼ਾ ਕਿਹੜਾ? ਓਪਨ ਵਰਕ ਪਰਮਿਟ ਵੀਜ਼ਾ ਜੀ ਮੇਰਾ। ਓਕੇ, ਤੇ ਮੈਡਮ ਇੱਕ ਵਾਰ ਪ੍ਰੋਫਾਈਲ ਦੱਸ ਦਿਓ ਤੁਹਾਡੀ, ਕੀ ਪ੍ਰੋਫਾਈਲ ਸੀਗੀ? ਮਤਲਬ ਬਹੁਤ ਸਾਰੇ ਡਾਊਟਸ ਰਹਿੰਦੇ ਬੰਦੇ ਦੇ ਮਨ ਚ ਕਿ ਇੱਥੇ ਆ ਕੇ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ, ਇਕੱਠੇ ਜਾ ਸਕਾਂਗੇ ਜਾਂ ਨਹੀਂ ਜਾ ਸਕਾਂਗੇ, ਬਟ ਇਹਨਾਂ ਇੱਥੇ ਆ ਕੇ ਸਾਰੇ ਡਾਊਟਸ ਬੰਦੇ ਦੇ ਕਲੀਅਰ ਹੋ ਜਾਂਦੇ ਆ। ਸੋ ਜਿਨ੍ਹਾਂ ਨੇ ਵੀ ਆਪਣਾ ਵੀਜ਼ਾ ਲਵਾਉਣਾ ਹੈ ਸਪਾਊਸ ਦੇ ਨਾਲ, ਤੇ ਉਹ ਇੱਥੇ ਜ਼ਰੂਰ ਆਉਣ ਜੀ। ਸੋ ਭਾਜੀ ਮੇਰੇ ਨਾਲ ਆ, ਤੁਸੀਂ ਵੀ ਆ ਜਾਓ। ਸੋ ਫਸਟ ਟਾਈਮ ਜਦੋਂ ਆਏ ਸੀਗੇ ਇਹਨਾਂ ਦੇ ਬੜੇ ਡਾਊਟ ਸੀਗੇ, ਐਟਲੀਸਟ ਅਸੀਂ 3-4 ਵਾਰ ਮਿਲੇ ਸੀਗੇ। ਸੋ ਉਸ ਤੋਂ ਬਾਅਦ ਇਹਨਾਂ ਨੇ ਕਹੀ ਸੀ ਇੱਦਾਂ ਦੀ ਚੀਜ਼ ਕੋਈ ਹੁੰਦੀ ਨਹੀਂ ਹੈਗੀ। ਸੋ ਅੱਜ ਇਹਨਾਂ ਦਾ ਵੀਜ਼ਾ ਆਇਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਮੇਰੇ ਬ੍ਰਦਰ ਇਨ ਲਾਅ ਐਂਡ ਸਿਸਟਰ ਇਨ ਲਾਅ ਹੈਗੇ ਆ, ਤੇ ਮੈਨੂੰ ਬਹੁਤ ਵਧੀਆ ਲੱਗਾ। ਐਕਚੁਅਲੀ ਮੇਰੇ ਬਹੁਤ ਡਾਊਟ ਸੀਗੇ ਪਹਿਲਾਂ, ਬਿਕੋਜ਼ ਮੈਂ ਆਲਰੇਡੀ ਇਸ ਫੀਲਡ 'ਚ ਕੰਮ ਕਰਦਾ ਹਾਂ, ਤੇ ਮੈਨੂੰ ਪਤਾ ਕਿ ਕਿੱਦਾਂ ਇਹ ਨਿਊਲੀ ਸਟਾਰਟ ਹੋਇਆ ਸੀਗਾ, ਜਿੱਦਾਂ ਕੈਨੇਡਾ IRCC ਨੇ ਸਟਾਰਟ ਕੀਤਾ, ਬਟ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ। ਜਿੱਦਾਂ ਮੈਂ ਵਿਜ਼ਟਰ ਵੀਜ਼ੇ ਬਾਰੇ ਕਰਦਾ ਸੀਗਾ ਜਾਂ ਫਿਰ ਵਰਕ ਪਰਮਿਟ ਬਾਰੇ ਕਰਦਾ ਸੀਗਾ, ਬਟ ਜਤਨ ਭਾਜੀ ਨਾਲ ਮਿਲਿਆ ਹੋਮ ਗਲੋਬਲ ਦੇ ਆਫਿਸ ਆਇਆ, ਮੈਂ ਆਲਰੇਡੀ ਕਈ ਆਫਿਸਿਸ ਵਿੱਚ ਵਿਜ਼ਿਟ ਕਰ ਚੁੱਕਾ ਸੀਗਾ ਜਿਨ੍ਹਾਂ ਨੂੰ ਨੌਲੇਜ ਨਹੀਂ ਸੀ ਇਸ ਵੀਜ਼ੇ ਬਾਰੇ। ਦੈਟਸ ਵਾਈ ਮੇਰਾ ਇਹਨਾਂ 'ਤੇ ਡਾਊਟ ਸੀਗਾ ਕਿ ਇਹਨਾਂ ਨੂੰ ਕਿੱਦਾਂ ਪਤਾ ਇਸ ਵੀਜ਼ੇ ਬਾਰੇ, ਅਤੇ ਇਹਨਾਂ ਨੇ ਬਹੁਤ ਮੈਨੂੰ ਵਧੀਆ ਕਲੈਰਿਟੀ ਨਾਲ ਦਿੱਤਾ। ਈਵਨ ਮੈਂ 5-6 ਵਾਰੀ ਇਹਨਾਂ ਕੋਲ ਵਿਜ਼ਿਟ ਵੀ ਕੀਤਾ, ਮੈਂ ਹਮੇਸ਼ਾ ਨਵਾਂ ਡਾਊਟ ਲੈ ਕੇ ਆਉਂਦਾ ਸੀ, ਜਿਨ੍ਹਾਂ ਨੂੰ ਭਾਜੀ ਨੇ ਬਹੁਤ ਹੀ ਵਧੀਆ ਤਰ੍ਹਾਂ ਸੋਲਵ ਕੀਤਾ, ਅਤੇ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਕਿ ਮੇਰੇ ਸਿਸਟਰ ਇਨ ਲਾਅ ਐਂਡ ਬ੍ਰਦਰ ਇਨ ਲਾਅ ਦੋਨਾਂ ਦਾ ਵੀਜ਼ਾ ਲੱਗਾ, ਉਹਦਾ ਸਟੂਡੈਂਟ ਵੀਜ਼ਾ ਐਜ਼ ਏ ਵਰਕਰ ਓਪਨ ਦਾ ਲੱਗਾ। ਤਾਂ ਮੈਂ ਓਮ ਗਲੋਬਲ ਭਾਜੀ ਦਾ, ਜਤਰ ਭਾਜੀ ਦਾ, ਬਹੁਤ ਟੀਮ ਦਾ ਬਹੁਤ ਧੰਨਵਾਦ। ਸੋ ਇੱਕ ਹੋਰ ਚੀਜ਼, ਆਪਣੀ ਸਟੱਡੀ ਵੀ ਇੱਕ ਵਾਰ ਦੱਸਿਓ ਇਹਨਾਂ ਨੂੰ, ਸਟੱਡੀ ਰਹਿ ਗਈ ਸੀਗੀ? ਮੈਂ ਐਕਚੁਅਲੀ 12th ਕੀਤੀ ਹੋਈ ਹੈ, ਉਸ ਤੋਂ ਬਾਅਦ ਮਤਲਬ ਮੇਰੀ ਡਿਪਲੋਮਾ ਹੈ, ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਵੀਜ਼ਾ ਲਗਵਾਇਆ। 12ਵੀਂ ਪਾਸ ਤੇ ਵਿਦ ਸਪਾਊਸ ਵੀਜ਼ਾ ਸੇਮ ਡੇ ਵੀਜ਼ਾ ਮਿਲਿਆ ਇਹਨਾਂ ਨੂੰ। ਸੋ ਬਹੁਤ ਸਾਰੇ ਬੱਚਿਆਂ ਦੇ ਡਾਊਟਸ ਆ, ਹੁਣ ਕਾਫੀ ਬੱਚਿਆਂ ਦੇ ਡਾਊਟਸ ਕਲੀਅਰ ਹੋਣ ਲੱਗ ਪਏ ਆ। ਜੇ ਤੁਹਾਡਾ ਵੀ ਕਿਸੇ ਦਾ ਕੋਈ ਡਾਊਟ ਹੈਗਾ, ਤੁਸੀਂ ਵੀ ਓਮ ਗਲੋਬਲ ਆਓ, ਕਿਸੇ ਵੀ ਬ੍ਰਾਂਚ 'ਚ ਜਾ ਕੇ ਵਿਜ਼ਿਟ ਕਰੋ, ਉੱਥੇ ਜਾ ਕੇ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ, ਤੇ ਇਹਨਾਂ ਵਾਂਗ ਆਪਣਾ ਵੀਜ਼ਾ ਗ੍ਰਾਂਟ ਕਰੋ। ਧੰਨਵਾਦ।